ਪਰ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ ਕ੍ਰੋਧ ਬਦੀ ਦੁਰਬਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ ਕਿਉਂਕਿ ਅਗਰ ਅਸੀਂ ਇਸ ਮੂੰਹ ਦੇ ਨਾਲ ਕਿਸੇ ਦੀ ਚੁਗਲੀ ਕਰਾਂਗੇ ਬੁਰਾਈ ਕਰਾਂਗੇ ਗਾਲ ਕੱਢਾਂਗੇ ਝੂਠ ਬੋਲਾਂਗੇ ਕੋਈ ਫਰੇਬ ਦੀ ਗੱਲ ਕਰਾਂਗੇ ਤੇ ਫਿਰ ਇਸ ਮੂੰਹ ਦੇ ਨਾਲ ਕੀਤੀ ਹੋਈ ਪ੍ਰਾਰਥਨਾ ਪਰਮੇਸ਼ਵਰ ਤੱਕ ਪਹੁੰਚਣ ਵਾਲੀ ਨਹੀਂ ਹੋਵੇਗੀ ਅਰ ਇੱਕੀ ਸੋਤੇ ਚੋਂ ਦੋ ਤਰ੍ਹਾਂ ਦੇ ਸਵਾਦ ਦਾ ਪਾਣੀ ਨਹੀਂ ਨਿਕਲਦਾ ਇਸ ਲਈ ਆਪਣੇ ਮੂੰਹ ਦੇ ਵਿੱਚੋਂ ਖਰਾਬ ਚੀਜ਼ਾਂ ਬੋਲਣੀਆਂ ਬੰਦ ਕਰ ਦਿਓ ਕਿਉਂਕਿ ਕਈਆਂ ਦੀ ਆਦਤ ਹੁੰਦੀ ਉਹ ਗਾਲ ਕੱਢਦੇ ਪਰ ਉਹਨਾਂ ਨੂੰ ਲੱਗਦਾ ਨਹੀਂ ਜਦਾਂ ਗਾਲ ਕੱਢੀ ਅਰੇ ਉਹਨਾਂ ਦੀ ਫੈਮਿਲੀ ਇ tanto ਉਹਨਾਂ ਦੇ ਨਾਲ ਹੈਬਚੁਅਲ ਹੋ ਜਾਂਦੀ ਯੂਜ਼ ਟੂ ਹੋ ਜਾਂਦੀ ਆਦਤ ਹੋ ਉਹਨਾਂ ਨੂੰ ਪੈ ਜਾਂਦੀ ਉਹ ਨਿਆਣੇ ਨੂੰ ਕਹਿੰਦੇ ਪੁੱਤ ਪਾਪੇ ਦਾ ਗੁੱਸਾ ਨਹੀਂ ਕਰਨਾ ਇਹਦਾ ਸੁਭਾਅ ਆ ਗਾਲ ਕੱਢਣੀ ਕਿਹੜਾ ਸੁਭਾਅ ਹੋਇਆ ਬਈ ਕਿੱਡੀ ਤੁਹਾਨੂੰ ਅਸੀਸ ਦਿੰਦਾ ਵੀ ਨਿਆਣੇ ਨੂੰ ਤੁਸੀਂ ਕਹਿੰਦੇ ਗੁੱਸਾ ਨਹੀਂ ਕਰਨਾ ਸੋ ਕੋ ਨਿਆਣੇ ਨੂੰ ਕਹੋ ਵੀ ਪਾਪੇ ਨੂੰ ਕਹੇ ਪਾਪਾ ਹੁਣ ਨੀ ਆ ਰਿਵਾਜ ਰਿਹਾ ਹੁਣ ਨਾ ਗਾਲਾਂ ਕੱਢਿਆ ਕਰ ਛੇਦ ਉਹ ਨਿੱਕੇ ਨਿਆਣੇ ਦੇ ਵਰਜਣ ਤੋਂ ਹੀ ਉਹਨੂੰ ਆਵੇ ਵੀ ਨਿੱਕਾ ਨਿਆਣਾ ਹੁਣ ਮੈਨੂੰ ਟੋਕਦਾ ਆ ਜਿਹੜੇ ਇੱਥੇ ਬੈਠੇ ਆਂ ਕਈ ਵਾਰੀ ਅਸੀਂ ਆਪਣੇ ਨਿਆਣਿਆਂ ਨੂੰ लाड़ ਈ ਤਾਂ ਕਰਦੇ ਵੀ लाड़ ਵਿੱਚ ਕਰਸ ਬੋਲ ਰਹੇ ਹਨ ਮੇਰਾ ਬਾਂਦਰ ਗਿਆ ਮੇਰਾ ਪਸੂ ਗਿਆ ਆਹ ਭਲਾ ਕਿਹੜਾ ਪਿਆਰ ਹੋਇਆ ਬੁੜੀਆਂ ਨਿੱਕਾ ਜਿਹਾ ਜਵਾਕ ਜੱਕੀ ਮੰਡੜ ਗਿਆ ਕਿੱਡੀ ਸੀਸ ਦਿੱਤੀ ਉਹਨੂੰ ਫੇ ਉਹਨੇ ਕੋਠਿਆਂ ਦੇ ਤੁਰੇ ਫਿਰਨਾ ਸ਼ਾਲਾ ਮਾਰਦੇ ਫਿਰਨਾ ਫਿਰ ਬੁੜੀਆਂ ਤੰਗ ਹੁੰਦੀਆਂ ਪਾਸਟ ਜੀ ਇਹ ਟਿਕਦਾ ਨਹੀਂ ਰੋਜ਼ ਪਹਿਲਾਂ ਨੂੰ ਬਾਂਦਰ ਦਾਸ ਦੀਆਂ ਹੁਣ ਕਹਿੰਦੀਆਂ ਟਿਕਦਾ ਨਹੀਂ ਪਾਸਟਰ ਕੀ ਕਰੇ ਕੋਈ ਚੰਗਾ ਅੱਖਰ ਹੈ ਨਹੀਂ ਤੁਹਾਨੂੰ ਨਿਆਣੇ ਵਾਲੀ ਮੋਲਣ ਨੂੰ ਵਚਨ ਕਹਿੰਦਾ ਇਹੋ ਜੀਆਂ ਚੀਜ਼ਾਂ ਨੂੰ ਬੰਦ ਕਰ ਦਿਓ ਨਿਆਣਿਆਂ ਦੀ ਨਹੀਂ ਚੰਗੀ ਰੱਖੋ ਉਹਨਾਂ ਦੇ ਕੰਨਾਂ 'ਚ ਚੰਗੇ ਅੱਖਰ ਬੋਲੋ ਉਨਾਂ ਦੀ ਜ਼ਿੰਦਗੀ ਲਈ ਚੰਗਾ ਬੋਲੋ ਕਿੱਦਾਂ ਉਹ ਗਲਤ ਨਿਕਲ ਜਾਣਗੇ ਤੁਹਾਡੇ ਅੱਖਰਾਂ 'ਚ ਪਰਮੇਸ਼ਵਰ ਨੇ ਸਾਹਮਰਤ ਪਾਈ ਆ ਉਹ ਕਹਿੰਦਾ ਕ੍ਰੋਧ ਵੀ ਛੱਡ ਦੋ ਬਦੀਆਂ ਕਰਨੀਆਂ ਛੱਡ ਦੋ ਦੁਰਵਚਨ ਬੋਲਣੇ ਛੱਡ ਦੋ ਗਾਲਾਂ ਕੱਢਣੀਆਂ ਛੱਡ ਦੋ ਅਰ ਅੱਗੇ ਕੀ ਲਿਖਿਆ ਇੱਕ ਦੂਏ ਨਾਲ ਝੂਠ ਨਾ ਮਾਰੋ ਕਿਉਂ ਜੋ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹਦੀਆਂ ਕਰਨੀਆਂ ਸਣੇ ਲਾਹ ਸੁਟਿਆ ਅਤੇ ਨਮੀ ਨੂੰ ਪਹਿਨ ਲਿਆ ਜੋ ਪੂਰਨ ਧਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ ਹੁਣ ਕਹਿੰਦਾ ਇੱਕ ਦੂਏ ਨੂੰ ਝੂਠ ਨਾ ਬੋਲੋ ਐਦਾਂ ਨਹੀਂ ਉਹਨੇ ਕਿਹਾ ਵੀ ਛੋੜ ਲਓ ਵੀ ਕਿਹਦੇ-ਕਿਹਦੇ ਨਾਲ ਝੂਠ ਬੋਲਣਾ ਕਿਹਦੇ-ਕਿਹਦੇ ਨਾਲ ਸੱਚ ਬੋਲਣਾ ਕਹਿੰਦਾ ਇੱਕ ਦੂਏ ਨਾਲ ਝੂਠ ਨਾ ਬੋਲੋ ਹੁਣ ਜੇ ਦੋ ਜਣੇ ਖੜੇ ਆ ਫਰਜ਼ ਕਰੋ ਆ ਦੋ ਜਣੇ ਆ ਆ ਇੱਕ ਤੇ ਆਹ ਤੋਣੀਆਂ ਦੁਆ ਤੇ ਜੇ ਇਤੋਂ ਸ਼ੁਰੂ ਕਰੀਏ ਤੇ ਆਹ 1 ਤੇ ਆਹ ਕੌਣ ਆ ਦੁਆ ਮਤਲਬ ਜਿਹੜਾ ਵੀ ਤੁਹਾਤੋਂ ਨੈਕਸਟ ਆ ਉਹਦੇ ਨਾਲ ਝੂਠ ਨਾ ਬੋਲੋ ਭਾਵੇਂ ਉਹ ਤੁਹਾਡੇ ਘਰ ਦੇ ਗੁਆਂਢ ਚਾ ਭਾਵੇਂ ਉਹ ਤੁਹਾਡੇ ਕਲਾਸ ਦੇ ਵਿੱਚ ਦੂਜੇ ਬੈਂਚ ਤੇ ਬੈਠਾ ਜਾਂ ਤੁਹਾਡੇ ਨਾਲ ਬੈਠਾ ਚਾਹੇ ਰਿਸ਼ਤੇਦਾਰ ਚਾਹੇ ਚਾਹੇ ਪਿੰਡ ਚਾਹੇ ਕਿਤੇਰੇ ਵੀ ਉਹ ਕਹਿੰਦਾ ਝੂਠ ਨਾ ਬੋਲੋ ਔਰ ਕਹਿੰਦਾ ਕਾ ਤੋ ਮੈਂ ਮਨਾ ਕਰਦਾ ਕਹਿੰਦਾ ਹੁਣ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹਦੀਆਂ ਕਰਨੀਆਂ ਸੜੇ ਲਾ ਸੁਟਿਆ ਕਹਿੰਦਾ ਹੁਣ ਪੁਰਾਣੇ ਜੀਵਨ ਨੂੰ ਤੁਸੀਂ ਉਹਦੇ ਕੰਮਾਂ ਸਣੇ ਖਤਮ ਕਰ ਦਿੱਤਾ ਤੇ ਨਵੀਂ ਨੂੰ ਪੈਨ ਲਿਆ ਅਤੇ ਜਿਹੜੀ ਨਵੀਂ ਇਨਸਾਨੀਅਤ ਆ ਉਹਦੇ ਵਿੱਚ ਕੀ ਆ ਕਹਿੰਦਾ ਪੂਰਨ ਗਿਆਨ ਆ ਉਹਦੇ ਵਿੱਚ ਹੁਣ ਇਦਾਂ ਨਹੀਂ ਆਪਾਂ ਕਹਿ ਸਕਦੇ ਉਹ ਮੈਨੂੰ ਪਤਾ ਨਹੀਂ ਸੀ ਵੀ ਗਲਤ ਨਹੀਂ ਬੋਲਿਆ ਕਰਨਾ ਕਹਿੰਦਾ ਹੁਣ ਜਿਹੜੀ ਤੁਸੀਂ ਇਨਸਾਨੀਅਤ ਪਹਿਨੀ ਆ ਉਹ ਪੂਰਨ ਗਿਆਨ ਵਾਲੀ ਆ ਜੋ ਸਾਨੂੰ ਪਰਮੇਸ਼ਵਰ ਦੇ ਰੂਪ ਵਿੱਚ ਤੇ ਪਰਮੇਸ਼ਵਰ ਦੇ ਸੁਭਾਅ ਵਿੱਚ ਢਾਲਦੀ ਆ ਹੁਣ ਅਸੀਂ ਪਰਮੇਸ਼ਵਰ ਦੇ ਵਾਂਗ ਨਵੇਂ ਬਣਦੇ ਜਾਂਦੇ ਆ ਪਹਿਲਾਂ ਅਸੀਂ ਸ਼ੈਤਾਨ ਵਰਗਾ ਸੁਭਾਅ ਰੱਖਿਆ ਸੀਗਾ ਮਾਰ ਦਿਓ ਕੁੱਟ ਦਿਓ ਵੱਢ ਦਿਓ ਚੁਗਲੀਆਂ ਕਰ ਲੋ ੱਤਕੇ ਮੁੱਕੀ ਕਰ ਲੋ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲੋ ਅਨਾਥਾਂ ਦੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲੋ ਵਿਧਵਾ ਨੂੰ ਘਰੋਂ ਕੱਢ ਦਿਓ ਮਤਲਬ ਬਹੁਤ ਸਾਰੀਆਂ ਖਰਾਬ ਚੀਜ਼ਾਂ ਹੁਣ ਅਸੀਂ ਨਵੀਂ ਇਨਸਾਨੀਅਤ ਪਹਿਨ ਲਈ ਅਬ ਨਵੀਂ ਇਨਸਾਨੀਅਤ ਦੇ ਵਿੱਚ ਪੂਰਨ ਗਿਆਨ ਸਾਨੂੰ ਕੀ ਮਿਲਦਾ ਆ ਪਵਿੱਤਰ ਵਚਨ ਸਾਨੂੰ ਦੱਸਦਾ ਕਿ ਅਸਲ ਭਗਤੀ ਕੀ ਆ ਅਨਾਥਾਂ ਅਤੇ ਵਿਧਵਾ ਦੀ ਸਾਰ ਲੈਣਾ ਹallelujah ਪੂਰਨ ਗਿਆਨ ਸਾਨੂੰ ਕੀ ਦੱਸਦਾ ਕਿਸੇ ਨਾਲ ਜ਼ੋਰਾਂ ਜ਼ਬਰੀ ਨਹੀਂ ਕਰਨੀ ਪੂਰਨ ਗਿਆਨ ਸਾਨੂੰ ਕੀ ਦੱਸਦਾ ਆ ਝੂਠ ਨਹੀਂ ਬੋਲਣਾ ਗੰਦਮੰਦ ਨਹੀਂ ਬੋਲਣਾ ਲੋਚਪੁੜੇ ਵਾਲੇ ਕੰਮ ਨਹੀਂ ਕਰਨੇ ਪਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਣੇ ਰਹਿਣਾ ਆ ਹਾਲੇਲੂਇਆ ਸੋ ਹੁਣ ਜੋ ਪਿਛਲੇ ਬਰੇ ਵਿੱਚ ਗਲਤੀਆਂ ਹੋ ਗਈਆਂ ਹੁਣ ਨਾ ਉਹਨਾਂ ਨੂੰ ਰਿੜਕਣਾ ਆ ਨਾ ਉਹਨਾਂ ਨੂੰ ਰਿਪੀਟ ਕਰਨਾ ਆ ਪਰ ਨਵੇਂ ਬਰੇ ਦੇ ਵਿੱਚ ਇਦਾਂ ਸੋਚੋ ਵੀ ਅਸੀਂ ਨਵੇਂ ਬਰੇ ਦੇ ਵਿੱਚ ਸਾਰੇ ਕੰਮ ਚੰਗੇ ਹੀ ਚੰਗੇ ਕਰਨੇ ਆ ਕਰਕੇ ਜਦੋਂ ਆਪਾਂ ਕੁਛ ਕਰਦੇ ਆ ਅੰਨੇਵਾ ਨਹੀਂ ਕਰਦੇ ਜਦੋਂ ਵੀ ਆਪਾਂ ਕੁਝ ਕਰਦੇ ਪਹਿਲਾਂ ਆਪਾਂ ਉਹਦੇ ਲਈ ਤਿਆਰ ਹੁੰਨੇ ਆ ਜੇ ਆਪਾਂ ਰੋਟੀ ਵੀ ਪਕਾਉਣੀ ਹੋਵੇ ਪਹਿਲਾਂ ਆਪਾਂ ਤਿਆਰ ਹੁੰਨੇ ਵੀ ਅੱਜ ਆਪਾਂ ਰੋਟੀ ਖਾਣੀ ਹੈ ਜਾਂ ਚੌਲ ਖਾਣੇ ਆ ਇਦਾਂ ਹੀ ਤੁਸੀਂ ਆਪਣੇ ਆਪ ਨੂੰ ਤਿਆਰ ਕਰਦੇ ਹਰ ਕੰਮ ਦੇ ਲਈ ਵੀ ਆਪਾਂ ਫਲਾਣੇ ਥਾਂ ਜਾਣਾ ਹੈ ਕਿ ਨਹੀਂ ਜਾਣਾ ਆਪਾਂ ਜਾਣਾ ਹੈ ਤੇ ਆਪਾਂ ਜਾਣੇ ਆਪਾਂ ਨਹੀਂ ਜਾਣਾ ਤੇ ਆਪਾਂ ਨਹੀਂ ਜਾਂਦੇ ਇਸੇ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰੋ ਕਿ ਇਸ ਬਰੇ ਵਿੱਚ ਮੇਰੀ ਹਰ ਮੁਮਕਿਨ ਕੋਸ਼ਿਸ਼ ਹੋਊਗੀ ਕਿ ਮੈਂ ਕੋਈ ਵੀ ਬੁਰਾਈ ਵਾਲਾ ਕੰਮ ਨਹੀਂ ਕਰਨਾ ਮੈਂ ਕਿਸੇ ਦੇ ਨਾਲ ਵੀ ਮੰਦਾ ਬੋਲ ਨਹੀਂ ਬੋਲਣਾ ਮੈਂ ਕੋਈ ਵੀ ਲੜਾਈ ਝਗੜਾ ਨਹੀਂ ਕਰਨਾ